ਅਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤੇ ਨੂੰ ਜੀ ਆਇਆਂ ਨੂੰ 브라질 ਚ ਕ੍ਰੈਸ਼ ਹੋਇਆ ਜਹਾਜ਼ ਹਾਦਸੇ ਚ ਪਾਇਲਟ ਤੇ ਕੋ ਪਾਇਲਟਸ ਹਨੇ 14 ਲੋਕਾਂ ਦੀ ਹੋਈ ਮੌਤ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵਾਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ 브라질 ਦੇ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ ਅਤੇ ਜਹਾਜ਼ ਕ੍ਰੈਸ਼ ਚ ਪਾਇਲਟ ਤੇ ਕੋ ਪਾਇਲਟਸ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ ਮਨਵਾਰਿਆਂ ਦੇ ਵਿੱਚ ਬ੍ਰਾਜ਼ੀਲ ਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਨੇ ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਤੇ ਸਾਰੇ ਯਾਤਰੀਆਂ ਬਾਰਸੀਲੋਨਾ ਦੇ ਵਿੱਚ ਮੱਛੀ ਫੜਨ ਜਾ ਰਹੇ ਸਨ ਇਹ ਹਸਾ ਐਮੇਜਨਸ ਦੀ ਰਾਜਧਾਨੀ ਮਾਨੋਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋ ਸੂਬੇ ਦੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ ਬ੍ਰਾਜ਼ੀਲ ਮੀਡੀਆ ਦੇ ਮੁਤਾਬਕ ਹਾਦਸੇ ਦੇ ਸਮੇਂ ਪਾਰੀਮੀ ਪੈ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ 18 ਯਾਤਰੀ ਦੀ ਸਮਰੱਥਾ ਵਾਲਾ EMB ਇੱਕ ਸੁਦਾਸ ਨਾਮ ਦੇ ਜਹਾਜ਼ ਮਾਨੋਸ ਟੈਕਸੀ 에ਰਿਓ ਨਾਮਕ ਕੰਪਨੀ ਦਾ ਸੀ ਜਹਾਜ਼ ਮਾਨੋਸ ਤੋਂ ਬਾਰਸੀਲੋਨਾ ਜਾ ਰਿਹਾ ਸੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ